ਉਮਲ ਜੁਲਸਾ ਲਾ ਯਸ਼ਕਾ ਜਲੀ ਸੋਹਮ। ਇਹ ਜਿਹੜੀਆਂ ਮਹਿਫਲਾਂ ਤੁਸੀਂ ਸਜਾ ਕੇ ਬੈਠਦੇ ਹੋ, ਇਹ ਮਹਿਫਲਾਂ ਬਦਬਖਤਾਂ ਦੀਆਂ ਨਹੀਂ ਹੁੰਦੀਆਂ, ਬਲਕਿ ਖੁਸ਼ਬਖਤਾਂ ਦੀਆਂ ਹੁੰਦੀਆਂ। ਔਰ ਅਗਰ ਕੋਈ ਬਦਬਖਤ ਇਹਨਾਂ ਮਹਾਫਲ ਵਿੱਚ ਆ ਜਾਏ, ਉਹ ਵੀ ਬਦਬਖਤ ਨਹੀਂ ਰਹਿੰਦਾ, ਬਲਕਿ ਖੁਸ਼ਬਖਤ ਬਣ ਜਾਂਦਾ। ਅਲਹਮਦੁਲਿਲਾ, ਜਿੰਨੇ ਹਜ਼ਰਾਤ ਵੀ ਆ ਗਏ ਸਾਰੇ ਖੁਸ਼ਬਖਤ ਹੋ। ਦੁਆ ਹੈ ਕਿ ਰੱਬੇ ਕਾਇਨਾਤ ਤੁਹਾਡੇ ਬਖਤਾਂ ਨੂੰ ਮਜ਼ੀਦ ਬੁਲੰਦ ਫਰਮਾਏ। ਕੁਰਾਨ ਮਜੀਦ ਫੁਰਕਾਨ ਹਮੀਦ ਦੀ ਸ਼ੋਰਾ ਫਾਕ ਹਰ ਜ਼ੁਬਾਨ ਜ਼ਦਿਆ ਮਾਇਆ ਕਰੀਮਾ ਮੈਂ ਆਪ ਹਜ਼ਰਾਤ ਦੇ ਸਾਹਮਣੇ ਤਿਲਾਵਤ ਕੀਤੀ ਹੈ। ਇਸ ਦਾ ਸ਼ਾਨ ਨਜ਼ੂਲ ਸਮਾਤ ਫਰਮਾਓ। ਨਜਰਾਨ ਤੇ ਈਸਾਈ ਇਕੱਠੇ ਹੋ ਕੇ ਵਫਦ ਦੀ ਸੂਰਤ ਵਿੱਚ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਬਾਰਗਹ ਵਿੱਚ ਹਾਜ਼ਰ ਹੋਏ। ਹਜ਼ਰਤ ਈਸਾ ਅਲੈਹਿ ਸਲਾਮ ਦੇ ਮੁਤਲਕ ਮੁਖਤਲਿਫ ਸਵਾਲਾਤ ਕਰਨੇ ਸ਼ੁਰੂ ਕਰ ਦਿੱਤੇ। ਤੁਸੀਂ ਹਜ਼ਰਤ ਈਸਾ ਅਲੈਹਿ ਸਲਾਮ ਦੇ ਮੁਤਲਕ ਕੀ ਜਾਣਦੇ ਹੋ? ਮੇਰੇ ਤੇ ਤੇਰੇ ਆਕਾ ਨੇ ਫਰਮਾਇਆ, ਹੋਵਾ ਅਬਦੁੱਲਾ ਵ ਨਬੀਉੱਲਾ ਵ ਰੂਹੁੱਲਾ। ਉਹ ਅੱਲਾ ਦੇ ਬੰਦੇ ਨੇ, ਅੱਲਾ ਤਾਲਾ ਨੇ ਉਹਨਾਂ ਨੂੰ ਨਬੂਵਤ ਅਤਾ ਫਰਮਾਈ ਹੈ, ਔਰ ਅੱਲਾ ਤਾਲਾ ਨੇ ਉਹਨਾਂ ਨੂੰ ਰੂਹੁੱਲਾ ਦਾ ਲਕਬ ਅਤਾ ਫਰਮਾਇਆ। ਉਹਨਾਂ ਕਹਿ ਸਾਡਾ ਮੌਕਫ ਇਹ ਨਹੀਂ, ਸਾਡਾ ਮੌਕਫ ਤੁਹਾਡੇ ਤੋਂ ਜੁਦਾ ਹੈ। ਮੇਰੇ ਤੇ ਤੇਰੇ ਆਕਾ ਨੇ ਫਰਮਾਇਆ, ਤੁਹਾਡਾ ਮੌਕਫ ਕੀ ਹੈ? ਉਹਨਾਂ ਕਿਹਾ, ਹੋਵਾ ਇਬਨੁੱਲਾ ਮਾਜ਼ ਅੱਲਾ, ਉਹ ਅੱਲਾ ਤਾਲਾ ਦੇ ਬੇਟੇ ਨੇ। ਨਬੀ ਪਾਕ ਸਾਹਿਬ ਔਲਾਦ ਸੱਲੱਲਾਹੁ ਅਲੈਹਿ ਵਸੱਲਮ ਨੇ ਇਰਸ਼ਾਦ ਫਰਮਾਇਆ, ਤੁਸਾਂ ਬੜਾ ਵੱਡਾ ਦਾਅਵਾ ਕੀਤਾ, ਅਤੇ ਦਾਅਵਾ ਉਨੀ ਦੇਰ ਤੱਕ ਮੁਸਤਲਜ਼ਮ ਨਹੀਂ ਹੁੰਦਾ ਜਿੰਨੀ ਦੇਰ ਤੱਕ ਉਹਦੀ ਕੋਈ ਪੱਕੀ ਦਲੀਲ ਨਾ ਹੋਵੇ। ਤੁਹਾਡੇ ਕੋਲ ਇਹਦੀ ਕੋਈ ਦਲੀਲ ਹੈ? ਉਹਨਾਂ ਕਹਿੰਦੇ ਜੀ ਦਲੀਲ ਸਾਫ਼, ਹਜ਼ਰਤ ਈਸਾ ਅਲੈਹਿ ਸਲਾਮ ਦਾ ਬਾਪ ਨਹੀਂ ਸੀ, ਲਿਹਾਜ਼ਾ ਆਪ ਅੱਲਾਹ ਦੇ ਬੇਟੇ ਨੇ। ਪਾਕ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਇਰਸ਼ਾਦ ਫਰਮਾਇਆ, ਅੱਛਾ ਬਈ ਹਜ਼ਰਤ ਈਸਾ ਅਲੈਹਿ ਸਲਾਮ ਦਾ ਤਾਂ ਬਾਪ ਨਹੀਂ ਸੀ, ਅਤੇ ਉਹਨਾਂ ਨੂੰ ਤੁਸੀਂ ਅੱਲਾਹ ਦਾ ਬੇਟਾ ਕਹਿਣਾ ਸ਼ੁਰੂ ਕਰ ਦਿੱਤਾ ਹੈ, ਅਤੇ ਹਜ਼ਰਤ ਆਦਮ ਦੇ ਮੁਤਲਕ ਤੁਹਾਡਾ ਕੀ ਖਿਆਲ ਹੈ ਬਈ, ਜਿਨ੍ਹਾਂ ਦੀ ਨਾ ਮਾਂ ਸੀ ਅਤੇ ਨਾ ਬਾਪ ਸੀ? ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਮੁਨਾਜ਼ਰੇ ਦੇ ਅੰਦਰ ਦਲਾਇਲ ਦੀ ਪੁਖਤਗੀ ਵੇਖ ਕੇ ਗੱਲ ਨੂੰ ਤਸਲੀਮ ਕਰ ਜਾਂਦੇ ਨੇ, ਲੇਕਿਨ ਕੁਝ ਹੱਟ ਧਰਮ ਹੁੰਦੇ ਨੇ, ਲਾ ਨੁਸੱਲੇ ਮੁਹੱਬ ਨਹੀਂ ਮੰਨਦੇ। ਉਹਨਾਂ ਕਿਹਾ, ਅਸੀਂ ਤੁਹਾਡੇ ਮੌਕਫ ਨੂੰ ਤਸਲੀਮ ਨਹੀਂ ਕਰਦੇ। ਰੱਬੇ ਕਾਇਨਾਤ ਦੀ ਨਿਗਾਹ ਕੁਦਰਤ ਮੁਸ਼ਾਹਦਾ ਫਰਮਾਈ, ਰੱਬੇ ਕਾਇਨਾਤ ਨੇ ਫਰਮਾਇਆ, ਮਹਬੂਬ ਅਗਰ ਇਹ ਤੇਰੇ ਨਾਲ ਮੁਨਾਜ਼ਰੇ ਵਿੱਚ ਕਾਇਲ ਨਹੀਂ ਹੁੰਦੇ, ਆਪਣੇ ਆਪ ਨੂੰ ਫਿਰ ਵੀ ਸੱਚਾ ਆਖ ਦੇਣ ਤੇ ਇਹਨਾਂ ਨੂੰ ਮੁਬਾਹਲੇ ਦਾ ਚੈਲੰਜ ਕਰ। ਇੱਕ ਹੁੰਦਾ ਮੁਨਾਜ਼ਰਾ, ਇੱਕ ਹੁੰਦਾ ਮੁਜਾਦਲਾ, ਇੱਕ ਹੁੰਦਾ ਮੁਬਾਹਲਾ। ਮੁਨਾਜ਼ਰਾ ਕਹਿੰਦੇ ਨੇ ਦਲਾਇਲ ਦੀ ਰੋਸ਼ਨੀ ਵਿੱਚ ਕਿਸੇ ਨਾਲ ਗੁਫ਼ਤਗੂ ਕਰਨਾ, ਜਿਹਦੇ ਦਲਾਇਲ ਕਵੀ ਹੋ ਸੱਚਾ, ਜਿਹਦੇ ਕਮਜ਼ੋਰ ਹੋ ਝੂਠਾ। ਇੱਕ ਹੁੰਦਾ ਮੁਜਾਦਲਾ, ਲੜਾਈ ਝਗੜਾ, ਗੱਲ ਉੱਥੋਂ ਤੱਕ ਪਹੁੰਚ ਜਾਣੀ, ਫੈਸਲੇ ਤੱਕ ਗੱਲ ਨਾ ਪਹੁੰਚੇ, ਲੜਾਈ ਵਿੱਚ ਹੀ ਸ਼ੁਰੂ ਕਰ ਦੇਣੀ ਤਾਂ ਕਿ ਗੱਲ ਤੋੜ ਨਾ ਆਪਣੇ। ਇੱਕ ਮੁਬਾਹਲਾ, ਕਿਸੇ ਵਾਸਤੇ ਬਦਦੁਆਈਆਂ ਕਲਮੇ ਕਹਿਣੇ। ਅੱਲਾ ਫਰਮਾਉਂਦਾ, ਮਹਬੂਬ ਇਹਨਾਂ ਨੂੰ ਮੁਬਾਹਲੇ ਦਾ ਚੈਲੰਜ ਕਰ। ਫਕੁਲ ਤਾਲੋ ਨਦੋ ਅਬਨਾ ਅਨਾ ਵਾ ਅਬਨਾ ਅਗੁਮ, ਇਹਨਾਂ ਨੂੰ ਕਹਿ ਮੈਂ ਆਪਣੇ ਬੇਟੇ ਲੈ ਕੇ ਆ ਜਾਣਾ, ਤੁਸੀਂ ਆਪਣੇ ਬੇਟੇ ਲੈ ਕੇ ਆ ਜਾਓ। ਵਨੀਸਾ ਅਨਾ ਵਨੀਸਾ ਅਕੁਮ, ਮੈਂ ਆਪਣੀਆਂ ਔਰਤਾਂ ਲੈ ਕੇ ਆ ਜਾਣਾ, ਤੁਸੀਂ ਆਪਣੀਆਂ ਔਰਤਾਂ ਲੈ ਕੇ ਆ ਜਾਓ। ਵਾ ਅਨਫੁਸਾ ਨਾ